ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਨਾਲ ਹੀ ਬਹੁਤ ਅਰਲੀ ਮੋਰਨਿੰਗ ਬੜੀ ਗੁੱਡ ਮੋਰਨਿੰਗ ਅਤੇ ਠੰਡ ਬੜੀ ਨੇ ਅੱਜ ਪਹਿਲੀ ਵਾਰੀ ਮੌਸਮ 'ਚ ਪਤਾ ਲੱਗਿਆ ਕਿ ਠੰਡ ਆ ਅਤੇ ਆਪਾਂ ਮੁੱਠੇ ਕੱਪੜੇ ਪਾਏ ਨੇ ਅਤੇ ਗੁੱਡ ਮੋਰਨਿੰਗ ਇਸ ਕਰਕੇ ਕਿਉਂਕਿ ਲਗਭਗ 5 ਵਜੇ ਦਾ ਉੱਠਿਆ ਹੋਇਆ ਮੈਂ ਜਿਹੜਾ ਕਿ ਮੇਰੇ ਲਈ ਉੱਠਣਾ ਕਾਫੀ ਮੁਸ਼ਕਿਲ ਆ ਅਤੇ ਅੱਜ ਆਪਾਂ ਜਾਣਾ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਗੱਡੀ ਹਲੇ ਆਪਾਂ ਧਵਾ ਰਹੇ ਹਾਂ ਅਤੇ ਚਲੋ ਜੀ ਫਟਾਫਟ ਬੈਠਦੇ ਹਾਂ ਗੱਡੀ 'ਚ ਅਤੇ ਹਾਰਨ ਹੁਰਨ ਮਾਰੀਏ ਤਾਂ ਹੀ ਸਵਾਰੀਆਂ ਆਉਣਗੀਆਂ। ਗੱਡੀ ਆਪਣੀ ਬਸ ਸਾਫ਼ ਹੋ ਰਹੀ ਆ ਅਤੇ ਸੈਮੀ ਗੱਡੀ 'ਚ ਬੈਠਣ ਲਈ ਬਹੁਤ ਹੀ ਕਾਹਲਾ ਲੈ ਇਹ ਤਾਂ ਬਹਿ ਗਿਆ ਅਤੇ ਜੀਵਨ ਦੀ ਡਿਊਟੀ ਹੈ ਸਮਾਨ ਰੱਖਣ ਦੀ। ਬਹਿ ਜਾ ਅਤੇ ਬਸ ਸਾਫ਼ ਆਲਮੋਸਟ ਹੋ ਗਈ ਥੈਂਕਸ ਟੂ ਭੀਮ ਬਹਾਦਰ ਅਤੇ ਹੁਣ ਬਹਿੰਦੇ ਹਾਂ ਆਪਾਂ ਵੀ ਤਾਂ ਹੀ ਬਾਕੀ ਸਵਾਰੀਆਂ ਬੈਠਣਗੀਆਂ ਜੇ ਡਰਾਈਵਰ ਬੈਠੋ। ਪੰਜਾਬੀ ਮੈਂ ਬੋਲਾਂ ਹਿੰਦੀ ਮੈਂ ਬੋਲਾਂ ਕਿਆ ਸੇ ਬਣਾਤੇ ਹੋ ਠੀਕ ਹੈ। ਹੈਲੋ ਜੀ ਸਤਿ ਸ਼੍ਰੀ ਅਕਾਲ ਅਸੀਂ ਚੱਲੇ ਹਾਂ ਅੰਮ੍ਰਿਤਸਰ ਗੁਰਦੁਆਰੇ ਤਾਂ ਅਸੀਂ ਸੋਚਿਆ ਚਲੋ ਬੱਚਿਆਂ ਲਈ ਕੁਝ ਸਨੈਕ ਵਗੈਰਾ ਲੈ ਲਈਏ ਬੱਚੇ ਰਾਸਤੇ ਤੰਗ ਕਰਦੇ ਨੇ ਆਹ ਦੇਖੋ ਵੀਰ ਜੀ ਸਾਡੇ ਲੈ ਰਹੇ ਨੇ ਸਟਾਕ ਹੈ ਜੇ ਹੁਣ ਸਾਰੇ ਨਾਂ ਨਹੀਂ ਬੋਲਣਾ ਇਹ ਸਾਰਾ ਮੇਰਾ ਓਕੇ ਥੈਂਕ ਯੂ ਵੈਰੀ ਮਚ ਚੁੱਪ ਕਰਕੇ ਬਹਿਣਾ ਬਾ ਚਲੋ ਉਹਦੇ ਮਿਲ ਗਿਆ ਕਾਕੇ ਦੇ ਆਹ ਓਕੇ ਤੇਰਾ ਹੈਗਾ ਵੀ ਤੇਰਾ ਗ੍ਰੀਨ ਚਿਪਸ ਹੈਗਾ ਉਹਦੇ ਕਿਹੜੇ ਵੇ ਚਿਪਸ ਹੈ ਗ੍ਰੀਨ ਇਸ ਯੈਲੋ ਲੇਜ਼ ਉਹਦੇ ਸੈਮੀ ਦਾ ਉਹ ਆ ਗਿਆ ਤਾਂ ਉਹ ਆ ਗਿਆ ਫਲੇ ਨਹੀਂ ਡਰ ਕੇ ਖਾਵਾਂਗੇ ਇਹਦਾ ਟੋਲ ਕੱਟ ਗਿਆ ਲਗਭਗ ਮੇਰੇ ਖਿਆਲ ਵੀ 500 ਤੋਂ ਉੱਪਰ ਟੋਲ ਪਹੁੰਚ ਗਏ ਭਾਈ ਵੀਰ ਗੁਰੂ ਕੀ ਨਗਰੀ 170 ਕਿਲੋਮੀਟਰ ਦਾ ਸਫ਼ਰ ਅਤੇ ਲਗਭਗ ਕਿੰਨਾ ਟੋਲ ਕੱਟਿਆ ਗਿਆ ਉਹ 250-300 ਰੁਪਈਆ ਟੋਲ ਕਟਾ ਕੇ ਅਤੇ ਟਾਈਮ ਲੱਗਿਆ ਲਗਭਗ 2.5 ਘੰਟੇ ਲੱਗ ਹੀ ਗਏ ਅਤੇ ਪਾਰਕਿੰਗ ਤੱਕ ਪਹੁੰਚਦੇ ਲਗਭਗ 15 ਮਿੰਟ ਹੋਰ ਲੱਗ ਜਾਣਗੇ ਅਤੇ ਚਲੋ ਹੁਣ ਪਾਰਕਿੰਗ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ ਓਕੇ ਬਾਏ। ICICI bank and the Saragadi car parking ਪਾਰਕਿੰਗ 'ਚ ਗੱਡੀ ਲਾ ਚੁੱਕੇ ਹਾਂ ਜੀ ਅਤੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਪਹਿਲਾਂ ਕੋਰੀਡੋਰ ਵੀ ਦੇਖਾਂਗੇ ਤੂੰ ਕੀ ਲੈਣਾ ਇਹਦੀ ਸੂਈ ਤਾਂ ਹਮੇਸ਼ਾ ਹੀ ਤਰ੍ਹਾਂ ਟੋਏ 'ਤੇ ਆ ਅਤੇ ਚਲੋ ਚੱਲਦੇ ਹਾਂ ਫਟਾਫਟ ਉਹ ਦੇਖੀ ਭਰਾਵਾ ਭੀੜ ਥੋੜ੍ਹੀ ਲੱਗ ਹੀ ਰਹੀ ਆ ਬਾਹਰ ਤੋਂ ਜ਼ਿਆਦਾ ਅੰਦਰ ਜਾ ਕੇ ਦੇਖਾਂਗੇ ਮੱਥਾ ਟੇਕਣ ਨੂੰ ਕਿੰਨੀ ਭੀੜ ਆ ਸਾਰੇ
साध संगत अगे भी जा रही है अपनी। हेलो सैमी, सेमी नीचे उतर, कोई कद्दू कोई कद्दू की बन गया। 305 नंबर है जोड़े खाने का, याद रखे। ओके आ सादा बेटी गुफर हम पहली बारी गुजारे आए हैं, हाथ तो पीछे कर रहा है, चलो लेके चलते हैं। ना पा चले किन्ना चमकदा इधर आ जा इधर। किन्ना भजाउंदा यार सैमी, नट गया कदे सैमी ते अटैक हो गया, सैमी ते रोई जांदा। सैमी की होया ओ सैमी, की हो गया सैमी, हुण अद्धा घंटा दा सर रहूगा चपेट दा। सरोवर च नहाने लई निकर पाउणी जरूरी है बच्चिआं नूं, ते सहज बेबी गया हुण। लो जी सहज बेबी दा इशनान हो गया, ते पतंदर पाणी च नहाण तों वी डरदा। इधर आ जा ओए सैमी, पिछे भीड़ बहुत है पुत्त, इधर आ जा। हो गया त्यार हुण सैज है हस रिहा। हम फटाफट जाके लाइन च लगी मत्था टेकिए क्योंकि भीड़ बहुत अज। लाइन बड़ी लंबी है, अकाल तख्त साहब तक जाती है। हाँ देखो कि नहीं मौज नाल बैठा, इन्हें पता कि मैं लाइन च लगना है, कोई फिक्र तेन लाइन च लगना, दो घंटे लग जाने। वो कितने आ संगत की लाइन देखते हुए उम्मीद है कि बई लगभग अपना ढाई तो तीन घंटे मत्था टेकने च लगने वाले हैं। ਢਾਡੀ ਵਾਰ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੀ ਕੀ ਕੇਵਲ ਦੋ ਚੀਜ਼ਾਂ ਖਾਂਦੇ ਉਹਨੇ ਆਖਿਆ ਜਦ ਸਰਦੀ ਪੜਦੀ ਹੈ ਤੂੰ ਆਪ ਲੋਕ ਦੋ ਚੀਜ਼ਾਂ ਖਾਂਦੇ ਇੱਕ ਸ਼ਲਗਮ ਖਾਂਦੇ ਹੋ ਦੂਸਰਾ ਸਾਗ ਖਾਂਦੇ ਹੋ ਹਮ ਚਾਹੇ ਸਰਦੀ ਹੋ ਚਾਹੇ ਗਰਮੀ ਹੋ ਜਦ ਚਾਵਲ ਵੀ ਖਾਂਦੇ ਹੈ ਤੂੰ ਮਛਲੀ ਕੇ ਸਾਥ ਖਾਂਦੇ ਹੈ ਬਲਵਿੰਦਰ ਸਿੰਘ ਜਟਾਣੇ ਨੇ ਆਖਿਆ ਪੁੱਤਰ ਜਿੱਦਣ ਕੇਕੇ 47 ਦਾ ਮੂੰਹ ਖੁੱਲਿਆ ਉਦਣ ਨਾ ਤੇ ਬੋਲੀਆਂ ਮੱਛੀਆਂ ਨੇ ਰੋਕਣੀਆਂ ਤੇ ਨਾ ਚੌੜਾਂ ਨੇ ਰੋਕਣੀਆਂ ਇਸ ਕਰਕੇ ਬੇਨਤੀ ਹੈ ਵੀ ਬੰਦੇ ਦਾ ਪੁੱਤ ਬਣ ਕੇ ਮਛਲੀ ਮੁਛਲੀ ਮੈਨੂੰ ਨਾ ਸੁਣਾ ਯਾਦ ਰੱਖ ਅਸੀਂ ਭਾਵੇਂ ਗੋਂਗਲੂ ਖਾਈਏ ਤੇ ਭਾਵੇਂ ਖਾਈਏ ਸਾਗ ਇੱਥੇ ਗੁਰੂ ਗੋਬਿੰਦ ਸਿੰਘ ਦੇ ਖੰਡੇ ਬਾਟੇ ਦੀ ਬੋਲ ਵਿੱਚ ਇੰਨੀ ਕੁ ਸ਼ਕਤੀ ਹੈ ਇੱਥੇ ਤੇ ਨੌਜਵਾਨ ਨੇਜਾ ਲੈ ਕੇ ਹਾਥੀ ਦੇ ਸਾਹਮਣੇ ਚਲਿਆ ਜਾਵੇ ਤੇ ਸੱਤ ਸੱਤ ਤਾਇਆ ਮਾਰ ਕੇ ਰੱਖ ਦਿੰਦਾ ਹੈ ਮੱਥਾ ਟੇਕੋ ਅੱਛਾ ਉਡੀਕ ਦਿੱਤਾ ਉਹ ਮੈਂ ਲੈ।
ਤੇਰੇ ਸਮਰਾਥ ਸਿੱਧਾ ਹੋ ਗਿਆ ਤੁਰਲਾ ਤੰਗ ਕਰਨ ਦੀ ਸੀਮਾ ਇਹਦੀ ਕੋਈ ਸੀਮਾ ਨਹੀਂ ਹਰ ਸੂ ਫੜ ਲਾ ਤੇਰੇ ਕੋਲ ਸ਼ਰਮ ਦੇ ਮਾਰੇ ਹੱਥ ਫੜ ਇਹ ਸ਼ਰਮ ਦੇ ਮਾਰੇ ਛੱਡਣਾ ਨਹੀਂ ਕਹਿੰਦਾ ਹਾਂ ਚਾਚੀ ਤੋਂ ਕਾਬੂ ਦੇਖ ਲਾ ਕਿਵੇਂ ਤੁਰ ਜਾਂਦੇ ਤੀਰ ਵਾਂਗ ਚਾਚੀ ਤੋਂ ਹੀ ਕਾਬੂ ਆਉਣੇ ਮੱਥਾ ਟੇਕ ਲਿਆ ਜੀ ਅਤੇ ਹੁਣ ਮਿਊਜ਼ੀਅਮ ਦੇਖਣ ਜਾਵਾਂਗੇ ਉਹ ਅਸੀਂ ਅੱਜ ਤੱਕ ਦੇਖਿਆ ਨਹੀਂ ਗਾ ਅਤੇ ਅੱਜ ਟਾਈਮ ਬਚਿਆ ਥੋੜ੍ਹਾ ਜਿਹਾ ਮਿਊਜ਼ੀਅਮ ਦੇਖ ਰਹੇ ਹਾਂ ਪਹਿਲਾਂ ਹੈ ਨਾ ਵੀ ਕੋਈ ਨਾ ਅੱਖਾਂ ਬੰਦ ਸੀ ਬੋਲਣਾ ਅਸੀਂ ਦੇਖਣੇ ਮਿਊਜ਼ੀਅਮ ਹਾਂ ਮਿਊਜ਼ੀਅਮ ਦੇਖਣਾ ਵਾ ਚਲੋ 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 ਆ ਗਈ ਅਤੇ ਚਲੋ ਭਾਈ ਫਿਰ ਮੱਥਾ ਟੇਕ ਲਿਆ ਅਸੀਂ ਅਤੇ ਹੁਣ ਆਪਾਂ ਜਾਣਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਅਤੇ ਈ ਰਿਕਸ਼ਾ ਫੜ ਕੇ ਜਾਵਾਂਗੇ ਤੇ ਹੁਣ ਈ ਰਿਕਸ਼ਾ ਫੜਦੇ ਹਾਂ ਤੇ ਫਿਰ ਚੱਲਦੇ ਹਾਂ ਮੈਂ ਤਾਂ ਬਾਬਾ ਦੀਪ ਸਿੰਘ ਉੱਧਰ ਜਾਣਾ ਯਾਰ ਰੋਟੀ ਆਪਾਂ ਖਾਵਾਂਗੇ ਜਦੋਂ ਆਪਾਂ ਮੱਥਾ ਟੇਕ ਲਾਂਗੇ ਸਾਰੀ ਜਗ੍ਹਾ ਫੇਰ ਵਿਹਲੇ ਹੋ ਕੇ ਇਜ਼ ਦੈਟ ਫਾਈਨ ਮੈਂ ਫੋਟੋਗ੍ਰਾਫੀ ਸੋਚ ਰਹੀ ਹਾਂ ਆਪਾਂ ਪਹਿਲਾਂ ਮੱਥਾ ਟੇਕਿਆ ਨੇ ਹਾਂ ਵਾਲਾ ਸਿਲੈਕਸ਼ਨ ਚ ਫਿਰ ਆਪਾਂ ਵਾਪਸ ਇੱਧਰ ਰੋਟੀ ਖਾਵਾਂਗੇ ਫਿਰ ਉੱਧਰ ਹਾਂ ਠੀਕ ਹੈ ਪਰਫੈਕਟ ਚਲੋ ਡਿਸਾਈਡ ਹੋਇਆ ਬਈ ਕਿ ਪਹਿਲਾਂ ਜਾਵਾਂਗੇ ਸ਼ਾਪਿੰਗਾਂ ਕਰਨ ਮਾਰਕੀਟ ਚ ਕਿੱਟੀ ਦੀ ਜੁੱਤੀਆਂ ਵੀ ਪਾਉਣੀਆਂ ਨੇ ਪੈਰਾਂ ਚ ਨਹੀਂ ਪੈਰਾਂ 'ਚ ਅਤੇ ਉਸ ਤੋਂ ਬਾਅਦ ਜਾਵਾਂਗੇ ਮਨਦੀਪ ਸਿੰਘ ਗੁਰਦੁਆਰੇ ਫਿਰ ਜਾਵਾਂਗੇ ਇੱਕ ਹੋਰ ਗੁਰਦੁਆਰਾ ਸਾਹਿਬ ਜਿਹਦਾ ਨਾਮ ਨਹੀਂ ਪਤਾ ਪਰ ਉੱਥੇ ਪਾਥੀਆਂ ਚੜ੍ਹਦੀਆਂ ਨੇ ਨਾਮ ਜਾ ਕੇ ਦੱਸਾਂਗੇ ਅਤੇ ਫਿਰ ਜਾਵਾਂਗੇ ਕੇਸਰ ਦੇ ਢਾਬੇ 'ਤੇ ਦ ਲੀਜੈਂਡਰੀ ਕੇਸਰ ਦਾ ਢਾਬਾ ਚਲੋ ਜੀ ਦੈਨ ਬੈਕ ਟੂ ਪਾਰਕਿੰਗ ਦੈਨ ਬੈਕ ਟੂ ਪਾਰਕਿੰਗ ਦੈਨ ਬੈਕ ਟੂ ਲੁਧਿਆਣਾ ਯਾਰ ਹੁਣੇ ਹੁਣੇ ਯਾਦ ਆਇਆ ਕਿ ਸਵੇਰ ਦਾ ਖਾਧਾ ਕੁਛ ਵੀ ਨਹੀਂ ਪਹਿਲਾਂ ਅੰਮ੍ਰਿਤਸਰ ਆਇਆ ਚਾਹ ਪੀਏ ਨਾਨ ਨੂੰ ਖਾਈਏ ਉਸ ਤੋਂ ਬਾਅਦ ਦੇਖਾਂਗੇ ਹੁਣ ਕਿ ਗੁਰਦੁਆਰੇ ਕਿਹੜੇ ਜਾਣਾ ਆਪਾਂ ਆਏ ਹਾਂ ਇੱਥੇ ਚਾਹ ਪੀਣ ਲਈ ਬਾਕੀ ਦੀ ਪਾਰਟੀ ਸਾਡੀ ਸਾਹਮਣੇ ਜੁੱਤੀਆਂ ਲੈਂਦੀ ਪੰਜਾਬੀ ਜੁੱਤੀਆਂ ਨਿਊ ਮੋਜਰੀ ਸਟੋਰ ਅਤੇ ਮੈਂ ਤਾਂ ਜਿਵੇਂ ਥੱਕੇ ਬਾਹਰ ਬੈਠੇ ਹਾਂ ਉਹ ਪਿੱਛੇ ਆਪਣੇ ਹੈਗਾ ਲੌਂਗਾਂ ਵਾਲਾ ਦੇਵੀ ਮੰਦਰ ਅਤੇ ਆਪਣੀ ਅੰਮ੍ਰਿਤਸਰ ਵਿਜ਼ਿਟ ਦੋ ਜਗ੍ਹਾ ਆਏ ਬਿਨਾਂ ਪੂਰੀ ਨਹੀਂ ਹੁੰਦੀ ਇੱਕ ਆ ਮੰਦਰ ਅਤੇ ਦੂਸਰੀ ਅਤੇ ਦੂਸਰੀ ਕੇਸਰ ਢਾਬਾ ਅਤੇ ਮੰਦਰ ਆਪਾਂ ਜਾ ਆਏ ਪਤੀਸਿਆ ਡੱਬਾ ਆਪਾਂ ਲੈ ਲਿਆ ਹੈਲੋ ਅਤੇ ਹੁਣ ਆਪਾਂ ਬਾਬਾ ਦੀਪ ਸਿੰਘ ਗੁਰਦੁਆਰੇ ਜਾਈਏ ਬਹੁਤ ਟਾਈਮ ਖਰਾਬ ਕਰ ਲਿਆ ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਕੇਸਰ ਦਾ ਢਾਬਾ ਤੁਸੀਂ ਵੀ ਜੇ ਕਦੇ ਆਏ ਅੰਮ੍ਰਿਤਸਰ ਤਾਂ ਜਾ ਕੇ ਲੌਂਗਾਵਾਲਾ ਮੰਦਰ ਉਹਨਾਂ ਦੀ ਦੁਕਾਨ ਆ ਉੱਥੋਂ ਪਤੀਸਾ ਜ਼ਰੂਰ ਲਿਓ ਯਾਦ ਕਰੋਗੇ ਮੈਨੂੰ ਹੁਣ ਤਾਂ ਬੱਚਾ ਕੀ ਰਿਸ਼ਕੇ ਦੀ ਸਵਾਰੀ ਆ ਕਿਉਂ ਅੰਦਰ ਦਾ ਰੇਟ ਡਬਲ ਹੋ ਜਾਂਦਾ ਅੰਦਰ ਉਹ ਚਲਾ ਦਾ ਇੱਕ ਦਿਨ ਦਾ 1300 ਰੁਪਏ ਅੱਛਾ ਅੰਦਰ ਜਾਣ ਦਾ ਫਿਰ ਤਾਂ ਹੀ ਆ ਪੁਰਾਣੀਆਂ ਗਲੀਆਂ ਪੁਰਾਣੀਆਂ ਇਮਾਰਤਾਂ ਇੱਥੇ ਅਸੀਂ ਪਾਰਕਿੰਗ ਦੇ ਅੰਦਰ ਪਹਿਲਾਂ ਈ ਰਿਕਸ਼ਾ ਪਤਾ ਕੀਤਾ ਉਹ 200 ਰੁਪਏ ਮੰਗਦਾ ਸੀ ਪਰ ਬਿਲਕੁਲ ਪਾਰਕਿੰਗ ਦੇ ਬਾਹਰੋਂ ਆ ਭਾਈ ਸਾਹਿਬ ਨੇ ਸਿੱਧੇ ਤੋਂ ਸਿਰਫ 100 ਰੁਪਏ ਲਿਆ ਰੇਟ ਦਾ ਅੱਧੋ ਅੱਧ ਦਾ ਫਰਕ ਆ ਸੋ ਰਿਕਸ਼ਾ ਬਾਹਰ ਆ ਕੇ ਫੜਿਓ ਜਾਵਾਂਗੇ
ਇੱਕ ਅਸੀਂ ਆਏ ਹਾਂ ਗੁਰਦੁਆਰਾ ਟੋਭਾ ਭਾਈ ਸਾਲੋ ਜੀ, ਇੱਥੇ ਮੰਨਤਾਂ ਟੋਭੇ ਵਾਲਾ ਗੁਰਦੁਆਰਾ, ਇੱਥੇ ਪਾਥੀਆਂ ਦਾ ਮੱਥਾ ਟੇਕਿਆ ਜਾਂਦਾ ਅਤੇ ਇੱਥੇ ਤਾਂ ਗੁਰਦੁਆਰਾ ਸਾਹਿਬ ਸਾਡੀ ਅੰਦਰ ਜਾਣ ਦੀ ਹਿੰਮਤ ਇਹ ਨਾ ਹੋਈ ਕਿਉਂਕਿ ਥੱਕੇ ਨੇ ਗਏ ਤੁਰ ਤੁਰ ਕੇ। ਕੀ ਸਾਧ ਸੰਗਤ ਅਸੀਂ ਬਾਹਰੇ ਬੈਠੇ ਹਾਂ, ਇਹ ਸਾਰੇ ਥੱਕੇ ਹੋਏ ਨੇ, ਕਿੰਨੇ ਕੁ ਥੱਕ ਗਏ, ਇੰਨੇ ਕੁ ਇਹ ਬੂਆ ਦਾ ਸਟੈਮਿਨਾ ਬਹੁਤ ਆ, ਜੀਵਨ ਦੀ ਬੈਟਰੀ ਡਾਊਨ ਆ, ਜੀਵਨ ਦੀ ਡਾਊਨ ਆ, ਪਰ ਇਹਦੇ 'ਚ ਪਤਾ ਨਹੀਂ ਕਿਹੜੇ ਸੈਲ ਪੈਂਦੇ ਨੇ। ਇਸ ਵਾਈਲਡ ਐਨੀਮਲ ਦੀ ਬੈਟਰੀ ਡਾਊਨ ਨਹੀਂ ਹੁੰਦੀ ਕਦੇ, ਬੈਟਰੀ ਡਾਊਨ ਆ ਤੇਰੀ। ਲਓ ਜੀ, ਸਾਧ ਸੰਗਤ ਮੱਥਾ ਟੇਕ ਕੇ ਆ ਰਹੀ ਹੈ ਵਾਪਸ, ਅਤੇ ਹੁਣ ਆਪਣਾ ਗੁਰਦੁਆਰਿਆਂ ਵਾਲਾ ਕੰਮ ਤਾਂ ਹੋ ਗਿਆ ਸੰਪੂਰਨ, ਕੰਮ ਰਹਿ ਗਿਆ ਖਾਣ ਪੀਣ ਵਾਲਾ, ਸਿਰਫ ਚੰਦ ਕਦਮਾਂ ਦੀ ਦੂਰੀ 'ਤੇ ਆ ਕੇਸਰ ਦਾ ਢਾਬਾ, ਅਤੇ ਹੁਣ ਫਟਾਫਟ ਚੱਲਦੇ ਹਾਂ ਉੱਥੇ, ਤੁਰੇ ਜਾਂਦੇ ਹਾਂ। ਸਾਰੀਆਂ ਇਮਾਰਤਾਂ, ਪੁਰਾਣੇ ਦਰਵਾਜ਼ੇ, ਪੁਰਾਣੀਆਂ ਇੱਟਾਂ, ਉੱਧਰ 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 ਚਲੋ ਬਈਆ। ਲਓ ਜੀ, ਗੁਰਦੁਆਰੇ ਤੋਂ ਥੋੜ੍ਹੀ ਦੂਰ ਸੀਗਾ, ਆਹ ਦੇਖੋ ਇਹ ਆ ਕੇਸਰੀ ਢਾਬੇ ਦਾ ਮੈਨਿਊ, ਅਤੇ ਬੜੀਆਂ ਜ਼ਿਆਦਾ ਚੀਜ਼ਾਂ ਚੱਕਰ ਚੱਕਰ ਪੈਣਾ ਨਹੀਂ, ਕਿਉਂਕਿ ਪਰੌਂਠੇ ਅਤੇ ਨਾਲ ਦਾਲ ਇਹਨਾਂ ਦੀ ਉਹੀ ਬੈਸਟ ਆ, ਅਤੇ ਜੋ ਆਪਾਂ ਪਹਿਲਾਂ ਟੇਸਟ ਕੀਤਾ ਹੋਇਆ ਆਪਾਂ ਉੱਥੇ ਤੱਕ ਹੀ ਸੀਮਤ ਰੱਖਣਾ। ਲਓ ਭਾਈ ਵੀਰ, ਥਾਲੀਆਂ ਆਪਣੀਆਂ ਆ ਗਈਆਂ, ਦੇਖੋ ਕਿੰਨੀ ਤੇਜ਼ ਤੇਜ਼ ਦਾਲ ਪੈ ਰਹੀ ਆ, ਆਹ ਵੀ ਦੇਖੋ, ਕਿਉਂਕਿ ਇਹ ਦਾਲ ਹੈਗੀ ਦੁਨੀਆ ਦੀ ਬੈਸਟ ਦਾਲ, ਇਸ ਤੋਂ ਉੱਪਰ ਦਾਲ ਆਪਾਂ ਤਾਂ ਨਹੀਂ ਖਾਧੀ, ਜੇ ਕਿਸੇ ਨੇ ਖਾਧੀ ਹੈ ਤਾਂ ਦੱਸਿਓ ਜ਼ਰੂਰ। ਸੈਮੀ ਖਾ ਰਿਹਾ ਪਲੇਨ ਰੋਟੀ, ਠੀਕ ਆ। ਮੈਪ ਲਾ ਕੇ ਅਸੀਂ ਦੇਖਿਆ ਢਾਬੇ ਤੋਂ ਪਾਰਕਿੰਗ ਤੱਕ ਦੀ ਦੂਰੀ ਹੈਗੀ 900 ਮੀਟਰ ਦੀ, ਅਤੇ ਲਗਭਗ ਅੱਧਾ ਕਿਲੋ ਦੇਸੀ ਘਿਓ ਖਾ ਕੇ ਅਸੀਂ ਡਿਸਾਈਡ ਕੀਤਾ ਕਿ ਹੁਣ ਪੈਦਲ ਮਾਰਚ ਕੀਤਾ ਜਾਵੇ, ਜਿਹੜਾ ਘਿਓ ਖਾਧਾ ਉਹ ਪਹੁੰਚਾਉਣਾ ਵੀ ਆ। ਇਹ ਗੁੜ ਦਾ ਕੜਾ ਹੈ, ਹੈਰੀ ਉੱਪਲ ਦੀ ਵੀਡੀਓ ਵੀ ਦੇਖਿਆ ਜਿਹੜਾ ਅਸੀਂ ਦੇਖਿਆ ਯੂਟਿਊਬ 'ਤੇ ਹੀ ਤੁਹਾਨੂੰ। ਸੈਮੀ ਖਾਣਾ ਇੱਧਰ ਆ, ਕੋਲੇ ਇੱਧਰ ਆ ਜਾਓ, ਪੜੋ ਇਹ ਜੀਵਨ ਹੈ। ਇਹ ਯੂਟਿਊਬ 'ਤੇ ਦੇਖਿਆ ਸੀਗਾ, ਪਰ ਅਸਲ 'ਚ ਗੁੜ ਦਾ ਕੜਾਹ ਖਾ ਕੇ ਮਜ਼ਾ ਬਹੁਤ ਆਇਆ, ਤੁਸੀਂ ਵੀ ਕਰਿਓ ਜ਼ਰੂਰ ਟਰਾਈ। ਲਓ ਜੀ, ਗੁੜ ਦਾ ਕੜਾਹ ਖਾ ਕੇ, ਗੁਲਾਬ ਜਾਮਣੀਆਂ ਖਾ ਕੇ, ਫਿਰ ਤੋਂ ਆਪਣੇ ਪੈਦਲ ਮਾਰਚ ਸ਼ੁਰੂ ਆ ਅੰਮ੍ਰਿਤਸਰ ਦੀਆਂ ਗੜੀਆਂ 'ਚ। ਮੰਜ਼ਿਲ ਆਪਣੀ ਨੇੜੇ ਹੀ ਆ, ਕਿਉਂਕਿ ਸਾਹਮਣੇ ਸਾਰਾ ਗੜੀ ਚੌਂਕ ਵਾਲੀਆਂ ਮੂਰਤੀਆਂ ਦੇਖ ਰਹੀਆਂ, ਅਤੇ ਆਪਣੀ ਗੱਡੀ ਇਸੇ ਪਾਰਕਿੰਗ 'ਚ ਖੜੀ ਹੈ ਜੋ ਚੌਂਕ 'ਚ ਆ। ਚੰਦ ਤੁਰਨਾ ਸ਼ੁਰੂ ਕੀਤਾ ਸੀ, ਹਨੇਰਾ ਹੋ ਗਿਆ, ਪਹੁੰਚਦੇ ਪਹੁੰਚਦੇ ਰੋਟੀ ਹਜ਼ਮ ਹੋ ਗਈ ਹੈ ਨਾ। ਕਰਕੇ ਪਾਰਕਿੰਗ ਤੱਕ ਪਹੁੰਚ ਗਏ, ਸੈਮੀ ਦਾ ਵਿਚਾਰਾ ਥੱਕ ਗਿਆ, ਇਹਨੂੰ ਗੁੱਡੀ ਚੱਕ ਚੱਕ ਕੇ ਮੈਂ ਥੱਕ ਗਿਆ, ਅਤੇ ਹੁਣ ਫਟਾਫਟ ਗੱਡੀ 'ਚ ਬੈਠੇ ਘਰੇ ਚਲੀ ਗਿਆ। ਕੰਮ ਸੈਮੀ ਥੱਕ ਗਿਆ, ਗੱਲਾਂ ਚ ਵੇਸਟ, ਇੰਨੇ ਬਿਜ਼ੀ ਲਗਾ ਰਹੇ ਲੋਹੜੀ। ਸੋ ਫਾਈਨਲੀ ਗੱਡੀ ਤੱਕ ਪਹੁੰਚ ਗਏ, ਹੁਣ ਅੱਗੇ ਵੀਡੀਓ ਬਣਾਉਣ ਦੀ ਹਿੰਮਤ ਨਹੀਂ, ਇਸ ਕਰਕੇ ਵੀਡੀਓ ਨਹੀਂ ਕਰਦੇ ਇੱਥੇ ਖਤਮ, ਵਲੌਗ ਵਧੀਆ ਲੱਗਿਆ ਤਾਂ ਮਿਹਨਤ ਬਹੁਤ ਕੀਤੀ ਅੱਜ, ਅਤੇ ਵੀਡੀਓ ਲਾਈਕ ਸ਼ੇਅਰ ਕਰਿਓ, ਚੈਨਲ ਜ਼ਰੂਰ ਕਰਿਓ ਸਬਸਕ੍ਰਾਈਬ, ਮਿਲਾਂਗੇ ਬਹੁਤ ਹੀ ਜਲਦੀ ਅਗਲੀ ਵੀਡੀਓ ਦੇ ਵਿੱਚ।